ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਹਰਪ੍ਰੀਤ। ਮੈਂ ਅੱਜ ਤੁਹਾਨੂੰ ਦੱਸਾਂਗੀ ਕਿ ਪਨੀਰ ਮਸਾਲਾ ਕਿਵੇਂ ਬਣਾਈਦਾ। ਅਤੇ ਆਹ ਦੇਖੋ ਕਿੰਨੀ ਵਧੀਆ ਗ੍ਰੇਵੀ ਬਣ ਕੇ ਤਿਆਰ ਹੋਈ ਹੈ ਪਨੀਰ ਮਸਾਲੇ ਦੀ। ਅਤੇ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਿਆ ਕਰਿਓ। ਇੱਥੇ ਮੈਂ ਪੈਨ ਲਿਆ ਹੈ ਅਤੇ 1 ਟੇਬਲ ਸਪੂਨ ਮੈਂ ਲਿਆ ਹੈ ਬੇਸਣ ਦਾ। ਅਤੇ ਇਹਨੂੰ ਅਸੀਂ ਰੋਸਟ ਕਰ ਲੈਣਾ ਵਾ 1 ਮਿੰਟ ਲਈ, ਅਤੇ ਲਾਈਟ ਜਿਹਾ ਬਰਾਊਨ ਜਿਹਾ ਕਲਰ ਕਰ ਲੈਣਾ ਇਹਦਾ। ਅਤੇ ਉਸ ਤੋਂ ਬਾਅਦ ਇਹਨੂੰ ਕੱਢ ਲੈਣਾ। ਜਿਹੜੀ ਪਨੀਰ ਦੀ ਗ੍ਰੇਵੀ ਹੁੰਦੀ ਹੈ ਨਾ ਪਨੀਰ ਮਸਾਲੇ ਦੀ, ਉਹਦੇ ਵਿੱਚ ਹਲਵਾਈ ਪਤਾ ਕੀ ਕਰਦੇ ਆ, ਬੇਸਣ ਪਾਉਂਦੇ ਆ ਗ੍ਰੇਵੀ ਨੂੰ ਥਿੱਕ ਕਰਨ ਲਈ। ਇਹ ਹੁਣ ਮੇਰਾ ਬੇਸਣ ਹੋ ਗਿਆ ਰੋਸਟ ਚੰਗੀ ਤਰ੍ਹਾਂ, ਹੁਣ ਇਹਨੂੰ ਅਸੀਂ ਕੱਢ ਲਾਂਗੇ ਅਤੇ ਹੁਣ ਪਨੀਰ ਦੀ ਤਿਆਰੀ ਕਰਾਂਗੇ। ਪਨੀਰ ਨੂੰ ਮੈਂ ਕੱਟ ਲਿਆ ਸੀ, ਇਹ ਮੈਂ 250 ਗ੍ਰਾਮ ਪਨੀਰ ਲਿਆ, ਇੱਥੇ ਮੈਂ ਥੋੜ੍ਹਾ ਜਿਹਾ ਨਮਕ ਪਾਇਆ, ਇੱਥੇ ਮੈਂ 1/3 ਜਿਹੜੀ ਆ ਹਲਦੀ ਲਈ ਹੈ ਟੀਸਪੂਨ ਦਾ, ਅਤੇ ਰੈੱਡ ਚਿੱਲੀ ਵੀ ਮੈਂ 1/3 ਹੀ ਲਈ ਹੈ। ਠੀਕ ਹੈ, ਇਹਨੂੰ ਮਿਕਸ ਕਰ ਦਾਂਗੇ ਅਤੇ ਇਹਨੂੰ 10 ਮਿੰਟ ਲਈ ਅਸੀਂ ਛੱਡ ਕੇ ਰੱਖ ਦਾਂਗੇ। ਦਸ ਮਿੰਟ ਹੋ ਗਏ ਆ, ਹੁਣ ਅਸੀਂ ਆਪਣਾ ਪਨੀਰ ਜਿਹੜਾ ਹੈ, ਤੁਸੀਂ ਘਿਓ ਵੀ ਲੈ ਸਕਦੇ ਹੋ, ਬਟਰ ਵੀ ਲੈ ਸਕਦੇ ਹੋ, ਅਤੇ ਮੈਂ ਬਟਰ ਲਿਆ ਅਤੇ ਮੈਂ ਬਟਰ ਦੇ ਵਿੱਚ ਇਹਨੂੰ ਹਲਕਾ ਜਿਹਾ ਫਰਾਈ ਕਰਾਂਗੀ। ਅਤੇ ਬਟਰ ਮੈਂ ਲਿਆ ਹੈ 1 ਟੇਬਲ ਸਪੂਨ, ਅਤੇ ਇਹਨੂੰ ਪਨੀਰ ਨੂੰ ਮੈਂ ਇਹਨੂੰ ਵਿੱਚ ਵਿੱਚ ਹਿਲਾਈ ਜਾਣਾ, ਇਹਦੀ ਸਾਈਡ ਜੀ ਚੇਂਜ ਕਰੀ ਜਾਣੀ ਹੈ। ਅਤੇ ਜਦੋਂ ਇਹਦਾ ਥੋੜ੍ਹਾ ਜਿਹਾ ਕਲਰ ਚੇਂਜ ਹੋ ਜਾਵੇ, ਤੁਹਾਨੂੰ ਲੱਗੇ ਕਿ ਹਾਂ ਇਹਦਾ ਕਲਰ ਚੇਂਜ ਹੋ ਗਿਆ, ਤਾਂ ਇਹਨੂੰ ਲਾ ਲੈਣਾ। ਫਿਰ ਮੈਂ ਇੱਥੇ ਹੁਣ ਕੜਾਹੀ ਲਈ ਹੈ, ਕੜਾਹੀ ਦੇ ਵਿੱਚ ਮੈਂ 1 ਟੇਬਲ ਸਪੂਨ ਜਿਹੜਾ ਓਇਲ ਪਾਇਆ, ਅਤੇ 1/2 ਟੇਬਲ ਸਪੂਨ ਜਿਹੜਾ ਮੈਂ ਉਹ ਲਿਆ ਹੈ ਮੱਖਣ ਦਾ, 1 ਟੀਸਪੂਨ ਇੱਥੇ ਮੈਂ ਜੀਰਾ ਲਿਆ, ਅਤੇ 3 ਮੈਂ ਲਏ ਲੌਂਗ, ਅਤੇ 2 ਹੀ ਮੈਂ ਇਲਾਚੀਆਂ ਲਈਆਂ, ਅਤੇ 1 ਮੈਂ ਦਾਲਚੀਨੀ ਦਾ ਲਿਆ ਟੁਕੜਾ। ਅਤੇ ਇੱਥੇ ਮੈਂ ਲਈਆਂ ਸੁੱਕੀਆਂ ਲਾਲ ਮਿਰਚਾਂ, ਅਤੇ 1 ਲਿਆ ਮੈਂ ਤੇਜ਼ ਪੱਤਾ। ਅਤੇ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਪਿਆਜ਼। ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ। ਇੱਥੇ ਹਲਕਾ ਜਿਹਾ ਪਿਆਜ਼ ਦਾ ਕਲਰ ਚੇਂਜ ਹੋ ਗਿਆ, ਅਤੇ ਮੈਂ ਇਹਦੇ ਵਿੱਚ ਨਮਕ ਪਾ ਦਾਂਗੀ ਅਤੇ ਇਹਨੂੰ ਚੰਗੀ ਤਰ੍ਹਾਂ ਹੁਣ ਫਰਾਈ ਕਰ ਲਾਂਗੇ ਜਦੋਂ ਤੱਕ ਇਹਦਾ ਕਲਰ ਬਰਾਊਨ ਨਹੀਂ ਹੋ ਜਾਂਦਾ। ਇਹ ਦੇਖੋ ਇੱਦਾਂ ਦਾ ਸਾਨੂੰ ਕਲਰ ਚਾਹੀਦਾ ਪਿਆਜ਼ਾਂ ਦਾ। ਹੁਣ ਮੈਂ ਇਹਦੇ ਵਿੱਚ 1 ਟੇਬਲ ਸਪੂਨ ਜਿਹੜਾ ਹੈ ਅਦਰਕ ਲਸਣ ਦਾ ਪਾ ਦਾਂਗੀ, ਅਤੇ ਉਹਨੂੰ ਵੀ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ। ਹੁਣ ਇਹਦੇ ਵਿੱਚ ਅਸੀਂ ਮਸਾਲੇ ਆਪਣੇ ਐਡ ਕਰਾਂਗੇ। 1 ਟੀਸਪੂਨ ਅਸੀਂ ਲੈਣਾ ਹੈ ਚਿੱਲੀ ਪਾਊਡਰ ਦਾ, ਕਸ਼ਮੀਰੀ ਜਿਹੜੀ ਲਾਲ ਮਿਰਚ ਹੁੰਦੀ ਹੈ ਉਹ, ਅਤੇ 1/2 ਟੀਸਪੂਨ ਅਸੀਂ ਲੈਣਾ ਹਲਦੀ ਦਾ ਟਰਮਰਿਕ, ਅਤੇ 1 ਟੀਸਪੂਨ ਹੀ ਲੈਣਾ ਅਸੀਂ ਧਨੀਆ ਪਾਊਡਰ ਕੋਰੀਐਂਡਰ ਪਾਊਡਰ, ਅਤੇ 1/2 ਟੀਸਪੂਨ ਲੈਣਾ ਅਸੀਂ ਗਰਮ ਮਸਾਲਾ। ਇਹਨਾਂ ਸਾਰਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣਾ। ਇਹਦੀ ਗੈਸ ਦੀ ਜਿਹੜੀ ਫਲੇਮ ਹੈ ਉਹ ਲੋਅ ਹੀ ਰੱਖਣੀ ਹੈ, ਨਹੀਂ ਤਾਂ ਜੇ ਤੇਜ਼ ਕਰੋਗੇ ਤਾਂ ਤੁਹਾਡੇ ਮਸਾਲੇ ਜਿਹੜੇ ਸੜ ਜਾਣਗੇ। ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਮਸਾਲੇ ਆਪਣੇ ਪੁੱਜ ਗਏ ਨੇ, ਆਹ ਵੇਖੋ ਕਿੰਨਾ ਵਧੀਆ ਕਲਰ ਆਇਆ। ਅਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਬੇਸਣ ਰੋਸਟ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ। ਬੇਸਣ ਨੂੰ ਜ਼ਿਆਦਾ ਮਤਲਬ ਕਰਨ ਦੀ ਨਹੀਂ ਲੋੜ ਜ਼ਿਆਦਾ ਦੇਰ ਤੱਕ, ਕਿਉਂਕਿ ਥੱਲੇ ਲੱਗਣਾ ਸਟਾਰਟ ਹੋ ਜਾਏਗਾ। ਅਤੇ ਉੱਦਾਂ ਵੀ ਪਹਿਲਾਂ ਅਸੀਂ ਰੋਸਟ ਕਰ ਲਿਆ ਸੀ ਉਹਨੂੰ, ਅਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਆ ਟਮਾਟਰ ਪਾ ਦਾਂਗੇ। ਇੱਥੇ ਮੈਂ 4 ਟਮਾਟਰ ਲਏ ਆ, ਅਤੇ ਉਹਨਾਂ ਨੂੰ ਮੈਂ ਬੂਰ ਲਿਆ ਸੀ ਮਤਲਬ ਕੱਦੂਕਸ ਕਰ ਲਿਆ ਸੀ। ਟਮਾਟਰ
टमाटर इतने साढ़े पक चुके हैं। हूँ ये असं ऐड करा 1 कप दही का, तो यू चंगी तरह मिक्स करना है, यू हिला जो तक ये मिक्स चंगी तरह हो नहीं जाता, क्योंकि जो ना हिलाओगे तो फिर दही जोड़ा फट जाएगा। इनू चंगी तरह हिलाई जाना है थोड़ी देर ली, तो जो तक यदा तेल सैपरेट नहीं हो जाता। हाँ दही पाना, हूँ वेखो तेल छड्डन लग पिया तड़का, तो ये मैं 1.5 कप जोड़ा है पानी का ऐड कर दाँगी, तो ज़्यादा पानी ना पायो क्योंकि तुहाडी जिहड़ी ग्रेवी है वो फिर थिक नहीं रहनी हैगी, पतली हो जाएगी, तो जिहड़ी है पनीर मसाले की जिहड़ी ग्रेवी है वो थिक ही वधिया लगती है। तो ये मैं थोड़े जे काजू ऐड कर दाँगी थोड़े जे कट के ना, तो ये ऑप्शनल है बिल्कुल। इन थोड़ी देर लिए आप ढक देना मसाले नूं, तो जो यदा तेल सैपरेट हो जाएगा इदा, तो फिर इनू चलाना है, तो ये फिर थोड़ी जी मैं जी कसूरी मेथी पावगी हाथों ना मैश करके। कसूरी मेथी का भी फ्लेवर बहुत वधिया आता है ग्रेवी के। हूँ इतने पनीर मैं ऐड कर दाँगी, तो सारा मैं इतने पनीर ऐड करता है, तो इनू हल्के हाथों के नाल ना घुमाना है ध्यान ना, क्योंकि इतने जो अपना पनीर है ना काफ़ी सॉफ्ट होंगे। इन मैं 2 मिनट लिए ढकता सी, तो हूँ ग्रेवी साड़ी बिल्कुल रेडी है। बस हूँ मैं धनिया जोड़ा उत्ते पा देंगी ये गार्निश करने लिए, तो साड़ा बिल्कुल हूँ रेडी है पनीर मसाला। तो जे तुहानू मेरी वीडियो वधिया लगी है तो प्लीज़ लाइक शेयर तो कमेंट जरूर करो, तो मेरे चैनल में भी सबसक्राइब करो प्लीज़। ओके फ्रेंड्स, बाय बाय।